ਸਖਤ ਸੁਰੱਖਿਆ ਪ੍ਰਬੰਧਾਂ ਹੇਠ ਸਵੇਰ ਤੋਂ ਹੀ ਵੋਟਿੰਗ ਪੈ ਰਹੀ ਹੈ, ਪਰ ਵੋਟਾਂ ਮੁਕੰਮਲ ਹੋਣ ਤੋਂ ਪਹਿਲਾਂ ਹੀ ਲੁਧਿਆਣਾ ਦੇ ਵਿੱਚ ਬੂਥਾਂ 'ਤੇ ਹੰਗਾਮਾ ਦੇਖਣ ਨੂੰ ਮਿਲਿਆ। ਜੀ ਹਾਂ, ਲੁਧਿਆਣਾ 'ਚ ਈਸਾ ਨਗਰੀ ਚਰਚ ਨੇੜੇ ਬੂਥ 'ਤੇ ਭਾਰੀ ਹੰਗਾਮਾ ਦੇਖਣ ਨੂੰ ਮਿਲਿਆ, ਜਿੱਥੇ ਬੂਥਾਂ 'ਤੇ ਬੈਠੇ ਨੌਜਵਾਨ ਕਿਸੇ ਗੱਲ ਨੂੰ ਲੈ ਕੇ ਆਪਸ ਵਿੱਚ ਤੂੰ ਤੂੰ ਮੈਂ ਹੋ ਗਈ, ਅਤੇ ਜਿਸ ਤੋਂ ਬਾਅਦ ਨੌਜਵਾਨ ਆਪਸ ਵਿੱਚ ਉਲਝਦੇ ਹੋਏ ਦਿਖਾਈ ਦਿੱਤੇ ਨੇ, ਜਿਨ੍ਹਾਂ ਦੀ ਵੀਡੀਓ ਵੀ ਸਾਹਮਣੇ ਆਈ ਹੈ। ਹਾਲਾਂਕਿ ਮੌਕੇ 'ਤੇ ਕਾਂਗਰਸੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਜੋ ਕਿ ਲੁਧਿਆਣਾ ਤੋਂ ਉਮੀਦਵਾਰ ਨੇ, ਉਹ ਵੀ ਮੌਕੇ 'ਤੇ ਪਹੁੰਚੇ ਨੇ, ਪਰ ਉਹਨਾਂ ਦੀ ਮੌਜੂਦਗੀ ਦੇ ਵਿੱਚ ਵੀ ਨੌਜਵਾਨ ਇੱਕ ਦੂਸਰੇ ਦੇ ਨਾਲ ਬਹਿਸਬਾਜ਼ੀ ਕਰਦੇ ਦਿਖਾਈ ਦਿੱਤੇ ਨੇ। ਗੁੰਡਾਗਰਦੀ ਕਰ ਰਹੇ ਹੈ ਆਮ ਆਦਮੀ ਪਾਰਟੀ ਦਾ MLA, ਮੇਰੇ ਬੰਦੇ ਦਾ ਕਾਰਡ ਖੋਲਿਆ ਪੋਲਿੰਗ ਏਜੰਟ ਦਾ, ਉਹਨੂੰ ਧੱਕੇ ਮਾਰਨ ਦੀ, ਕਿਉਂ ਕ੍ਰਿਸ਼ਨ ਆਦਿ ਭਰਾ ਹੈ ਇਸ ਬੰਦੇ ਦਾ, ਜੇ ਇਸ ਬੰਦੇ ਨੂੰ ਰਮਨ ਹੈ ਇਹਦਾ ਨਾਮ, ਜੇ ਇਹਦੇ ਨਾਲ ਇੱਦਾਂ ਧੱਕਾ ਕਰੋਗੇ ਕਿੱਦਾਂ ਬਰਦਾਸ਼ਤ ਕਰਾਂਗੇ ਅਸੀਂ ਲੋਕ। ਪਰ ਮੈਂ ਬੇਨਤੀ ਕਰਨੀ ਚਾਹੁੰਦਾ MLA ਸਾਹਿਬ ਨੂੰ, ਆਪਦੀ ਲਿਮਿਟ 'ਚ ਰਹਿਣਾ ਚਾਹੀਦਾ ਹਰ ਬੰਦੇ ਨੂੰ, ਕਿਸੇ ਦੇ ਚੂੜੀਆਂ ਨਹੀਂ ਪਾਈਆਂ, ਇੱਟ ਦਾ ਜਵਾਬ ਪੱਥਰ 'ਚ ਦੇਣਾ ਜਾਣਦੇ ਹਾਂ ਅਸੀਂ, ਐਵੇਂ ਕੋਈ ਹੋਰ ਵੱਡਾ ਕਲੇਸ਼ ਹੋ ਜਾਏਗਾ। ਲਗਭਗ 11 ਵਜੇ ਦਾ ਟਾਈਮ ਸੀਗਾ ਜਦਕਿ ਮੈਂ ਆਪਣੀ ਵੋਟ ਪਾਉਣ ਜਾ ਰਿਹਾ ਸੀ ਜੀ, ਜਿਸ ਟਾਈਮ ਆਮ ਆਦਮੀ ਪਾਰਟੀ ਦੇ ਕਾਰਜਕਰਤਾ ਆਏ ਨੇ, ਉਹਨਾਂ ਦੇ ਨਾਲ ਕੁਛ ਅਣਪਛਾਤੇ ਗੁੰਡੇ, ਲਗਭਗ 30 ਤੋਂ 35 ਲੋਕ, ਬੂਥ ਨੰਬਰ 5760 ਦੇ ਵਿੱਚ ਈਵਿੰਗ ਕ੍ਰਿਸਚਨ ਕਮਿਊਨਿਟੀ ਦਾ ਬੂਥ, ਇਹ ਉੱਥੇ ਆਏ ਨੇ। ਇਹਨਾਂ ਨੇ ਆ ਕੇ ਗੁੰਡਾਗਰਦੀ ਕੀਤੀ।
ਨੂੰ ਵੋਟ ਪਾਉਣ ਤੋਂ ਵੀ ਰੋਕਿਆ ਗਿਆ, ਮੈਨੂੰ ਬਾਹਰ ਵੀ ਕੱਢਿਆ ਗਿਆ, ਜਦਕਿ ਮੈਂ ਆਪਣਾ ਪੋਲਿੰਗ ਏਜੰਟ ਕਾਰਡ ਵੀ ਹੋਇਆ ਤੇ ਜਦੋਂ ਉਹਨਾਂ ਨੇ ਮੇਰੀ ਇੱਕ ਨਹੀਂ ਸੁਣੀ, ਮੈਨੂੰ ਮਾਰ ਕੀਤੀ ਹੈ ਮੇਰੇ ਨਾਲ ਤੇ ਸਕੋਰਪੀ ਚੜ੍ਹਾਈ ਹੈ ਇਹਨਾਂ ਨੇ, ਔਰ ਉਸ ਤੋਂ ਬਾਅਦ 10 ਮਿੰਟਾਂ ਬਾਅਦ MLA ਸਾਹਿਬ ਆਪ ਆਏ ਨੇ, ਉਹਨਾਂ ਦੇ ਨਾਲ ਹੇੜ ਦੀ ਹੇੜ ਆਈ ਹੈ 70-80 ਜਾਣੇ, ਅਸੀਂ ਉਹਨਾਂ ਨੇ ਧਮਕੀ ਦਿੱਤੀ ਹੈ ਬੰਦੇ ਬਣ ਜਾਓ, ਸਾਡੀ ਇੱਕ ਗੱਲ ਨਹੀਂ ਸੁਣੀ, ਸਾਡੀ ਮਾਵਾਂ ਭੈਣਾਂ ਵੀ ਉੱਥੇ ਸੀਗੀਆਂ, ਜਿਹੜੀ ਹੇੜ ਸੀਗੀ ਪੂਰੀ ਬਦਤਮੀਜ਼ ਹੇੜ ਸੀਗੀ, ਜਿਨ੍ਹਾਂ ਨੇ ਮਾਵਾਂ ਭੈਣਾਂ ਨੂੰ ਵੀ ਗਾਲਾਂ ਕੱਢੀਆਂ ਅਤੇ ਸਾਡੇ ਨਾਲ ਫਿਰ ਧੱਕਾ ਮੁੱਕੀ ਕੀਤੀ, ਉਹਨਾਂ ਦੇ ਗਨਮੈਨ ਨੇ ਵੀ ਮੈਨੂੰ ਧੱਕੇ ਮਾਰੇ ਨੇ MLA ਸਾਹਿਬ ਦੇ, ਇਹ MLA ਲਈ ਸ਼ਰਮਨਾਕ ਗੱਲ, ਆਮ ਆਦਮੀ ਦਿੱਤੀਆਂ ਨੇ ਮੈਨੂੰ ਇੱਥੇ, ਜਿਹੜੇ ਆਪਣੇ ਆਪ ਨੂੰ ਲੋਡ ਕਰਦੇ ਨੇ ਫਿਰ ਇਹ ਧਮਕੀਆਂ ਦੇ ਰਹੇ ਨੇ ਕਿ MLA ਨੇ ਗਿੱਦੜ ਰਾਜਾ ਵੜਿੰਗ ਜੀ ਨੇ ਗਿੱਦੜ ਬਾਹਾ ਚੱਲ ਜਾਣਾ, ਫਿਰ ਤੁਹਾਨੂੰ ਦੱਸਾਂਗੇ ਕੀ। ਹੁਣ ਵੜਿੰਗ ਸਾਹਿਬ ਆਏ ਨੇ, ਵੜਿੰਗ ਸਾਹਿਬ ਆਏ ਸੀ, ਉਹਨਾਂ ਨੇ ਮੇਰੇ ਨਾਲ ਗੱਲਬਾਤ ਕੀਤੀ ਹੈ, ਮੈਨੂੰ ਹੌਸਲਾ ਦੇ ਕੇ ਗਏ ਨੇ, ਔਰ ਉਹਨਾਂ ਨੇ ਮੈਨੂੰ ਆਸ਼ਵਾਸਨ ਦਿੱਤਾ ਕਿ ਮੈਂ ਤੇਰੇ ਨਾਲ ਹੈਗਾ ਵਾਂ ਅਤੇ ਤੂੰ ਪਰਵਾਹ ਨਾ ਕਰ ਕਿਸੇ ਚੀਜ਼ ਦੀ ਵੀ, ਮੈਂ ਆਮ ਲੋਕਾਂ ਦੇ ਨਾਲ ਹੈਗਾ, ਅਤੇ ਇਸ ਚੀਜ਼ ਦਾ ਮੈਨੂੰ ਬੜਾ ਅੱਛਾ ਲੱਗਿਆ ਕਿ ਉਹ ਮੈਨੂੰ ਮਿਲਣ ਆਏ। ਕੋਈ ਸ਼ਿਕਾਇਤ ਦਿੱਤੀ? ਸ਼ਿਕਾਇਤ ਮੈਂ 100 ਅਤੇ 112 'ਤੇ ਕੀਤੀ ਹੈ ਜੀ, ਉਦੋਂ ਪੁਲਿਸ ਆਈ ਸੀ ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ, ਕਿਉਂਕਿ ਸੱਤਾ ਦਾ ਨਸ਼ਾ ਹੈ ਜੀ। MLA ਦਾ ਭਰਾ ਵੀ ਰਕੇਸ਼ ਪ੍ਰੈਸ਼ਰ ਵੀ ਆਇਆ ਸੀ 8-10 ਸਪੌਂਸਰ ਲੈ ਕੇ ਇੱਥੇ, ਉਹਨੂੰ ਵੀ ਅਸੀਂ ਫਿਰ ਕੰਪਲੇਂਟ ਕੀਤੀ ਹੈ ਇੱਥੇ, ਉਹਨੂੰ ਵੀ ਬਾਹਰ ਕੱਢਿਆ ਗਿਆ। ਇਸ ਮੌਕੇ ਕਾਂਗਰਸੀ ਵਰਕਰਾਂ ਨੇ ਆਪ ਦੇ ਉਮੀਦਵਾਰ ਪੱਪੀ ਪ੍ਰਾਸ਼ਰ 'ਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਉਹਨਾਂ ਦੇ ਦਰਜਨਾਂ ਬੰਦਿਆਂ ਨੇ ਆ ਕੇ ਗੁੰਡਾਗਰਦੀ ਕੀਤੀ ਹੈ ਅਤੇ ਔਰਤਾਂ ਅਤੇ ਬੀਬੀਆਂ ਨੂੰ ਗਾਲੀ ਗਲੋਚ ਕੀਤੀ ਹੈ। ਸੋ ਬਾਕੀ ਕੀ ਹੈ ਪੂਰੀ ਸੱਚਾਈ, ਇਹ ਤਾਂ ਪੁਲਿਸ ਦੀ ਜਾਂਚ ਦਾ ਵਿਸ਼ਾ ਹੈ। ਫਿਲਹਾਲ ਕਾਂਗਰਸੀ ਵਰਕਰਾਂ ਵੱਲੋਂ ਆਪ ਦੇ ਉਮੀਦਵਾਰ 'ਤੇ ਇਲਜ਼ਾਮ ਲਗਾਏ ਜਾ ਰਹੇ ਨੇ। ਹਕੀਕੀ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ।